ਹਾਂਜੀ ਅਸਲਾਮੁਆਲਿਕ ਨੂੰ ਇਹ ਹੱਦ ਜਮਾਤ ਤੁਸੀਂ ਦੇਖ ਰਹੇ ਬਜ਼ੀਰੀਆਂ ਵੀ ਲੋ ਜੀ ਅੱਜ ਦੀ ਰਿਪੋਰਟ ਦੇ ਨਾਲ ਹਾਜ਼ਰ ਹਾਂ ਜਿੱਥੇ ਦੁਨੀਆ ਸਾਰੀ ਦੇ ਉੱਤੇ 4 4 ਮਿਲੀਅਨ ਤੋਂ ਉੱਤੇ ਚਿਫਰਾ ਹੋ ਗਿਆ ਹੈ ਇਨਫੈਕਟਿਵ ਬੰਦੇਆਂ ਦਾ ਯਾਨਕੀ 4 ਮਿਲੀਅਨ ਤੋਂ ਉੱਤੇ ਸੀ ਚਲੇ ਗਏ ਆ ਔਰ ਜਿਹੜੇ ਲੇਕਿਨ ਅ ਇਟਲੀ ਦੇ ਵਿੱਚ 1 ਲੱਖ ਤੋਂ ਉੱਤੇ ਬੰਦੇ ਸਿਹਤਯਾਬ ਹੋ ਚੁੱਕੇ ਨੇ ਤੇ ਔਰ ਚਾਇਨਾ ਉਸੇ ਤਰ੍ਹਾਂ ਬਿਹਤਰੀਨ ਪਰਫਾਰਮੈਂਸ ਦੇ ਨਾਲ ਅੱਗੇ ਜਾ ਰਿਹਾ ਔਰ ਅੱਜ ਕੱਲ ਦੇ ਵਿੱਚ ਅਸੀਂ ਇੱਕ ਰਿਪੋਰਟ ਰਿਪੋਰਟ ਤੋਂ ਆਉਂਦੇ ਆਂਗੇ ਕਿ ਚੈਨਾ ਦੇ ਵਿੱਚ ਇੱਕ ਦਿਨ ਵਿੱਚ ਕੋਈ ਵੀ ਇਨਫੈਕਟਡ ਬੰਦਾ ਨਵਾਂ ਆਇਟ ਨਹੀਂ ਹੋਇਆ ਹੋਣਾ ਤੇ ਸ਼ੁਰੂ ਕਰਦੇ ਆਂ ਅੱਜ ਦੀ ਰਿਪੋਰਟ ਅਫਗਾਨਿਸਤਾਨ ਵਿੱਚ ਅਫਗਾਨਿਸਤਾਨ ਦੇ ਚਾਰ ਦਾ ਚੀਫ ਰੈਪਟ ਜਿਹਾ ਹੈ 433 255 ਅੱਜ ਦੇ ਕੇਸ 605 ਫਾਟ ਹੋ ਗਏ ਨੇ 6 ਬੰਦੇ ਅੱਜ ਫਾਟ ਹੋਏ ਨੇ 500 ਤੇ ਦੋ ਬੰਦਾ ਜਿਹੜਾ ਇਹ ਰਿਕਵਰ ਹੋ ਚੁੱਕੇ ਅਫਗਾਨਿਸਤਾਨ ਦੇ ਵਿੱਚ ਗੱਲ ਕਰੀਏ ਜੀ ਪਾਕਿਸਤਾਨ ਦੀ ਪਾਕਿਸਤਾਨ ਜਿਹੜਾ ਸਹਾ 27000 ਦਾ ਚੀਫ ਰੈਪਟ ਪ ਚੁੱਕਿਆ ਤੇ ਪਾਕਿਸਤਾਨ ਦੇ ਵਿੱਚ 27474 1049 ਬੰਦੇ ਜਿਹੜੇ ਇਨਫੈਕਟਡ ਹੋਏ ਨੇ 24 ਘੰਟੇ 618 ਬੰਦੇ ਫੌਤ ਹੋ ਜਿਹਦੇ ਵਿੱਚ 19 ਬੰਦੇ ਅੱਜ ਫੌਤ ਹੋਏ ਨੇ ਮਰੇ ਦੁਨੀਆ ਚਲੇ ਗਏ ਨੇ ਪਾਕਿਸਤਾਨ ਦੇ ਵਿੱਚ 77000 ਸੋਰੀ 7756 7756 ਬੰਦੇ ਜਿਹੜੇ ਨੇ ਇਹ ਰਿਕਵਰ ਹੋ ਚੁੱਕੇ ਨੇ ਪਾਕਿਸਤਾਨ ਦੇ ਵਿੱਚ ਇਸ ਗੱਲ ਕਰੀ ਟਾਪ ਵਾਲੀ ਕੰਟਰੀਆਂ ਦੀ ਤੇ 4 ਮਿਲੀਅਨ 54000 4 ਲੱਖ 40 ਲੱਖ 54000 ਜਿਹੜਾ ਬੰਦਾ 199 ਇਹ ਸਾਰੀ ਦੁਨੀਆ ਤੇ ਇਨਫੈਕਟਡ 270000 ਇਨਕੇ ਜਿਹੜੇ ਬੰਦੇ ਫੌਤ ਹੋ ਗਏ ਨੇ ਇਹ ਪੌਣੇ 3 ਲੱਖ ਤੋਂ ਉੱਛੇ ਫਰਾਟ ਆਪ ਚੁਕੇ ਦੋਸਤੋ 77805 ਤੇ ਜਿਹੜੇ ਰਿਕਵਰ ਹੋ ਚੁਕੇ ਨੇ 14 ਲੱਖ 10979 ਯੂ ਐਸ ਏ ਦੀ ਗੱਲ ਕਰੀਏ ਤੇ 13 ਲੱਖ 27229 ਤੇ 78800 ਚਾਰ ਬੰਦਾ ਮਰ ਚੁਕੇ ਔਰ 2 ਲੱਖ 24 ਹਜ਼ਾਰ ਬੰਦਾ ਰਿਕਵਰ ਹੋ ਚੁਕੇ ਸਪੇਨ ਦੀ ਗੱਲ ਕਰੀਏ ਦੇ ਸਪੇਨ ਦੇ ਵਿੱਚ 2 62 ਹਜ਼ਾਰ ਤੇ 782 83 ਤੇ ਅੰਬਾਦ ਦੀ ਤعداد ਹੋ ਗਈ ਹੈ 267478 173000 ਜਿਹੜੀ ਹੈ 157 ਜਿਹੜੇ ਨੇ ਸਪੇਨ ਦੇ ਵਿੱਚ ਬੰਦੇ ਰਿਕਵਰ ਹੋ ਚੁੱਕੇ ਨੇ ਜੇ ਗੱਲ ਕਰੀਏ ਅਸੀਂ ਇਟਲੀਆ ਦੀ ਤੇ ਇਟਲੀਆ ਜਿਹੜਾ 2 ਲੱਖ 18268 ਟੋਟਲ ਬੰਦੇ ਇਨਫੈਕਟਡ ਹੋ ਚੁੱਕੇ ਨੇ 11083 ਬੰਦੇ ਪਿਛਲੇ 24 ਘੰਟਿਆਂ ਵਿੱਚ ਔਰ 3000 395 ਬੰਦੇ ਮਰ ਚੁੱਕੇ ਨੇ ਟੋਟਲ ਜਿੰਨਾ ਵਿੱਚ ਜੋ ਅੱਜ 194 ਬੰਦਾ ਫੌਤ ਹੋਇਆ ਤੇ ਰਿਕਵਰੀ ਦੀ ਗੱਲ ਕਰੀਏ ਤਾਂ ਰਿਕਵਰੀ ਅੱਜ ਵਿੱਚ ਰਏ 4000 ਪਲੱਸ ਬੰਦੇ ਜਿਹੜੇ ਰਿਕਵਰ ਹੋਏ ਨੇ ਜਿਹਦੇ ਜਿਹਦੇ ਨਾਲ ਟੋਟਲ 1 ਲੱਖ 3031 ਬੰਦੇ ਰਿਕਵਰ ਹੋ ਗਏ ਨੇ ਇਟਲੀ ਵੀ ਟੋਟਲ ਜਿਹੜੇ ਸਖਤ ਬਿਮਾਰ ਨੇ ਉਹ 1034 ਬੰਦੇ ਰਹਿ ਗਏ ਨੇ ਉਮੀਦ ਹੈ ਤਦਾਰ ਜਿਹੜੀ ਹੈ ਮਜ਼ੀਦ ਜਲਦੀ ਨਾ ਘਟੇਗੀ ਔਰ ਅਸੀਂ ਜਲਦੀ ਇਸ ਬਵਾਦ ਉਜਾਦ ਹੋਵਾਂਗੇ ਜੇ ਅਸੀਂ ਯੂਕੇ ਦੀ ਗੱਲ ਕਰੀਏ 215000 ਪਲਸ ਰੂਸ਼ੀਆ 198000 ਪਲਸ ਜਿਹੜਾ ਕੱਲ ਤੋਂ ਨਹੀਂ 2 ਲੱਖ ਤਾਂ ਚਿਫਰਾ ਟੱਪ ਜਾਏਗਾ ਔਰ ਰਸ਼ੀਆ ਦੇ ਵਿੱਚ 10817 ਇੱਕ ਦਿਨ ਦਾ ਬੰਦੇ ਹੋਏ ਨੇ ਇਨ ਕੇ ਰਸਕੇ ਬਹੁਤ ਦਿਨ ਹੁੰਤੇ ਜਾ ਰਹੇ ਤੇ ਫਰਾਂਸ ਜਿਹੜਾ 176000 ਜਰਮਨ 170000 ਪਲਸ ਬ੍ਰਾਜ਼ੀਲ 147000 ਪਲਸ ਇਹ ਤੁਰਕੀ 135000 ਪਲਸ ਈਰਾਨ 1 ਲੱਖ ਤਾਂ ਚਿਫਰਾ ਟੱਪ ਚੁੱਕਿਆ ਹੈ ਤੇ 106000 ਪਲਸ ਚਾਈਨਾ ਜਿਹੜਾ ਉਸੇ ਤਰ੍ਹਾਂ 82800 ਸਤਾਸੀ ਇੱਕ ਬੰਦਾ ਜਿਹੜਾ ਹੈ ਉਹ ਚైనా ਦੇ ਵਿੱਚ ਅੱਜ ਦਾ ਪਿਛਲੇ 24 ਘੰਟੇ ਜਿਹਨ ਇਨਫੈਕਟਡ ਹੋਰ ਕੇਸ ਮਿਲੇ ਹੈ ਬਾਕੀ ਅੰਬਾਦ ਦਾ ਕੋਈ ਜ਼ਿਕਰ ਨਹੀਂ ਹੈ 7846 ਬੰਦੇ ਜਿਹੜੇ ਨੇ ਇਹ ਰਿਕਵਰ ਹੋ ਚੁੱਕੇ ਨੇ ਔਰ ਸਿਰਫ 15 ਬੰਦੇ ਸਖਤ ਬਿਮਾਰ ਨੇ ਚైనా ਦੇ ਵਿੱਚ ਕੈਨੇਡਾ 66000 ਪਲਸ ਪੀਰੂ 61000 ਪਲਸ ਔਰ ਇੰਡੀਆ ਜਿਹੜਾ ਹੈ 61356 ਜਿਹਦੇ ਵਿੱਚ ਅੱਜ ਦੇ ਕੇਸ ਜਿਹੜੇ ਨੇ 1661 241 ਬੰਦੇ ਜਿਹੜੇ ਨੇ ਫੋਟ ਹੋ ਚੁੱਕੇ ਨੇ 56 ਬੰਦੇ ਜਿਹੜੇ ਅੱਜ ਫੋਟ ਹੋਏ ਨੇ ਤੇ 18672 ਬੰਦੇ ਜਿਹੜੇ ਨੇ ਇੰਡੀਆ ਦੇ ਵਿੱਚ ਰਿਕਵਰ ਹੋ ਸਕੇ ਨੇ ਤੇ ਲੋ ਜੀ ਇਹ ਸਹੀ ਰਿਪੋਰਟ ਮਿਲ ਗਈ ਵੀਡੀਓ ਵੀ ਤਦ ਤੱਕ ਲਈ ਫੇਮਾਨ ਦਾ